ਜੀ ਡੇਜ਼ੀ ਜਾਨ ਤੋਂ ਮੈਂ ਤੁਹਾਡੀ ਹੋਸਟ ਗਾਇਨ ਮਹਾਜਨ ਤੁਹਾਡਾ ਸਵਾਗਤ ਕਰਦੀ ਹਾਂ ਅਤੇ ਅੱਜ ਜਿਨ੍ਹਾਂ ਨਾਲ ਮੈਂ ਤੁਹਾਡੀ ਮੁਲਾਕਾਤ ਕਰਾਵਾਂਗੀ ਨਾ ਅਕਸਰ ਤੁਸੀਂ ਉਹਨਾਂ ਨੂੰ ਨਾ ਗ੍ਰੇ ਸ਼ੇਡ ਦੇ ਵਿੱਚ ਦੇਖਿਆ ਪਰਦੇ ਦੇ ਉੱਪਰ ਬਟ ਹੁਣ ਉਹ ਫਿਲਮ ਤੁਹਾਡੇ ਲਈ ਲੈ ਕੇ ਆ ਰਿਹਾ ਸਾਗ ਜਿਨ੍ਹਾਂ ਦੇ ਵਿੱਚ ਉਹ ਕਾਮੇਡੀ ਕਰਦੇ ਨਜ਼ਰ ਆਉਣਗੇ ਕਿਉਂ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੈਲ ਟ੍ਰੇਲਰ ਦੇ ਵਿੱਚ ਤੁਹਾਡਾ ਕਾਮੇਡੀ ਅੰਦਾਜ਼ ਦੇਖ ਕੇ ਨਾ ਸੀਰੀਅਸਲੀ ਕੁਛ ਫਰੈਸ਼ ਲੱਗਿਆ ਮੁਕੁਲ ਦੇਵ ਨੂੰ ਜਦ ਵੀ ਜ਼ਿਕਰ ਆਉਂਦਾ ਜਾਂ ਰਾਹੁਲ ਦੇਵ ਮੁਕੁਲ ਦੇਵ ਦੋਨੋਂ ਬ੍ਰਦਰ ਜ਼ਿਕਰ ਆਉਂਦਾ ਕਿ ਯਾਰ ਗ੍ਰੇ ਸ਼ੇਡ ਇੱਕ ਖਲਬਲੀ ਕਰੈਕਟਰ ਆਊਗਾ ਜਿਹੜਾ ਰੋ ਪਾਊਗਾ ਬਟ ਕਾਮੇਡੀ ਅਨਐਕਸਪੈਕਟਿਡ ਐਂਡ ਫਰੈਸ਼ ਖਲਬਲੀ ਤਾਂ ਇਹ ਹੈ ਜੀ ਕਿ ਖਲਬਲੀ ਕਰੈਕਟਰ ਇਹਨੇ ਵੀ ਮਚਾਉਣੀ ਹੈ ਬਟ ਫਾਰ ਐਨ ਐਕਟਰ ਇਟਸ ਆਲਵੇਜ਼ ਗੁੱਡ ਟੂ ਡੂ ਡਿਫਰੈਂਟ ਸ਼ੇਡਸ ਆਲ ਦਾ ਟਾਈਮ ਅਤੇ ਮੇਰੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਅਤੇ ਇਸ ਫਿਲਮ 'ਚ ਮੈਨੂੰ ਪੂਰਾ ਉਹ ਮੌਕਾ ਮਿਲਿਆ ਕਿ ਕੋਈ ਇਹੋ ਜਿਹਾ ਕਰੈਕਟਰ ਮੈਂ ਕਰਾਂ ਜਿਹੜਾ ਕਿ ਬਾਕੀ ਜਿਹੜੇ ਕਰੈਕਟਰ ਮੈਂ ਹਾਲੇ ਤਿਕਰ ਕੀਤੇ ਉਹਨਾਂ ਤੋਂ ਇੱਕਦਮ ਅਲੱਗ ਹੋਵੇ ਸਮਥਿੰਗ ਐਲ ਸਮਥਿੰਗ ਡਿਫਰੈਂਟ ਅਤੇ ਯੂ ਕੁਡ ਸੇ ਇਹ 360 ਡਿਗਰੀਜ਼ 180 ਡਿਗਰੀਜ਼ ਓਪੋਜ਼ਿਟ ਕੈਰੈਕਟਰ ਹੈ ਜਿਹੜੇ ਮੈਂ ਨੋਰਮਲੀ ਕੀਤੇ ਹੈਗੇ ਉਹਨਾਂ ਦੇ ਨਾਲ ਤੁਹਾਡੀ ਫਿਲਮ ਆਈ ਸੀਗੀ ਮੁੰਡਾ ਫਰੀਦਕੋਟੀਆ ਉਹਦੇ ਵਿੱਚ ਤੁਹਾਡਾ ਇੱਕ ਅਲੱਗ ਕਿਰਦਾਰ ਸੀਗਾ ਤੁਸੀਂ ਇੱਕ ਯੰਗ ਅਤੇ ਓਲਡ ਦੋਨੋਂ ਜਨਰੇਸ਼ਨ ਦਿਖਾਈਆਂ ਸੀਗੀਆਂ ਅਤੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਮੁਕੁਲ ਦੇਵ ਜਦ ਵੀ ਆਉਂਦੇ ਨੇ ਕੁਛ ਵੱਖਰਾ ਲੈ ਕੇ ਆਉਂਦੇ ਨੇ ਗ੍ਰੇ ਸ਼ੇਡ ਤੋਂ ਇਲਾਵਾ ਬਿਲਕੁਲ ਇਹ ਜਿਹੜਾ ਕੈਰੈਕਟਰ ਹੈ ਇਹ ਇਫ ਯੂ ਰੀਡ ਦ ਸਕ੍ਰਿਪਟ ਆਲਸੋ ਵੈਨ ਯੂ ਸੀ ਦ ਫਿਲਮ ਯੂ ਵਿਲ ਰਿਅਲਾਈਜ਼ ਕਿ ਇਹ ਥਰੂ ਆਊਟ ਦ ਸਟੋਰੀ ਇਹਦੇ ਨਾਲ ਨਾਲ ਚੱਲਦੀ ਹੈ ਅਤੇ ਜਿਹੜੀ ਕਿ ਮੇਨ ਸਟੋਰੀ ਹੈ ਇਹਨਾਂ ਦੇ ਵਿਆਹ ਦੀ ਇਹਨਾਂ ਦੇ ਸਾਥ ਦੀ ਉਹਦੇ ਨਾਲ ਇੱਕ ਸੈਪਰੇਟ ਸਟੋਰੀ ਵੀ ਚੱਲ ਰਹੀ ਹੈ ਇਹਨਾਂ ਦੀ ਯਾਰੀ ਦੀ ਇਹਦੀ ਅਤੇ ਆਪਣੇ ਜਿਹੜਾ ਫੌਜੀ ਜਿਹੜਾ ਮੇਨ ਪ੍ਰੋਟੈਗਨਿਸਟ ਹੈ ਉਹਦੇ ਨਾਲ ਅਤੇ ਉਹ ਸ਼ੇਡ ਉਹ ਬਾਰੀਕੀਆਂ ਜਦੋਂ ਬਾਹਰ ਨਿਕਲ ਕੇ ਆਉਂਦੀ ਹੈ ਅਤੇ ਐਂਡ 'ਚ ਕਲਾਈਮੈਕਸ 'ਚ ਪਤਾ ਲੱਗਦਾ ਕਿ ਬਈ ਉਹਦੇ ਉਹਨਾਂ ਦੀ ਇੰਪੋਰਟੈਂਸ ਕੀ ਸੀ ਅਤੇ ਇਟਸ ਸਮਥਿੰਗ ਵੈਰੀ ਨਾਈਸ ਵੈਰੀ ਵੈਲ ਇੰਟਰਵੋਵਨ ਕਹਿ ਸਕਦੇ ਹਾਂ ਕਿ ਜਦ ਇਹ ਫਿਲਮ ਰਿਲੀਜ਼ ਹੋਗੀ ਮੁਕੁਲ ਦੇਵ ਦਾ ਸੀ ਜਿਹੜਾ ਵੱਖਰਾ ਕਿਰਦਾਰ ਹੈਗਾ ਉਹਨੂੰ ਬਖੂਬੀ ਦੇਖਾਂਗੇ ਜਿਹੜਾ ਉਹਨਾਂ ਦੇ ਪਾਸ ਦੇ ਵਿੱਚ ਕਿਰਦਾਰ ਨਿਭਾਏ ਗਏ ਉਹਨਾਂ ਨੂੰ ਭੁਲਾ ਦੇ ਮੋਸਟ ਡੈਫੀਨੇਟਲੀ ਮੈਂ ਸਾਈਨ ਦੀ ਇਹ ਫਿਲਮ ਤਾਂ ਹੀ ਕਰਕੇ ਕੀਤੀ ਸੀ ਕਿ ਉਸ ਕਿਸਮ ਦਾ ਕੋਈ ਸ਼ੇਡ ਦੇਖਣ ਨੂੰ ਮਿਲੇ ਆਡੀਅੰਸਿਸ ਨੂੰ ਜਿਹੜੇ ਕਿ ਮੈਂ ਹਾਲੇ ਤੀਕਰ ਨਹੀਂ ਕੀਤਾ ਐਜ਼ ਐਨ ਐਕਟਰ ਇਹੀ ਐਫਰਟ ਰਹਿੰਦੀ ਸਾਡੀ ਕਿ ਵੀ ਆਡੀਅੰਸਿਸ ਨੂੰ ਹਮੇਸ਼ਾ ਕੁਝ ਨਾ ਕੁਝ ਨਵਾਂ ਲੈ ਕਰ ਦਿੰਦੇ ਰਹਿਣ ਅਤੇ ਦੈਟਸ ਰੀਜ਼ਨ ਵਾਈ ਡਿਡ ਦਿਸ ਜਦ ਫਿਲਮ ਦੀ ਗੱਲ ਆਉਂਦੀ ਹੈ ਨਾ ਸਾਕ ਦੀ ਇਹਦੇ ਪਿੱਛੇ ਬੜੀਆਂ ਕਹਾਣੀਆਂ ਨੇ ਸਾਕ ਕਿ ਮੈਂਟੀ ਨੇ ਇਸ ਫਿਲਮ ਨੂੰ ਪਹਿਲਾਂ ਨਾ ਕਰ ਦਿੱਤੀ ਸੀਗੀ ਬਟ ਫਰੋਮ ਦ ਫਸਟ ਡੇ ਜਦ ਤੁਹਾਨੂੰ ਪਤਾ ਲੱਗਿਆ ਸੀਗਾ ਜੋਬਨ ਇਸ ਫਿਲਮ ਦੇ ਵਿੱਚ ਤੁਹਾਡਾ ਉਹਨਾਂ ਨਾਲ ਪਿਆਰ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹਾਂ ਮੈਂ ਕਰਾਂ ਜੀ 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 ਡੈਫੀਨੇਟਲੀ ਕਿਉਂਕਿ ਇਸ ਤੋਂ ਪਹਿਲਾਂ ਮੈਂ ਦੋ ਫਿਲਮਾਂ ਕਰ ਚੁੱਕੇ ਅਸੀਂ ਜੋਬਨ ਦੇ ਨਾਲ ਅਤੇ ਉਹਦੇ ਇਲਾਵਾ ਮੈਂ ਜਦੋਂ ਸਕ੍ਰਿਪਟ ਪੜ੍ਹਿਆ ਅਤੇ ਮੈਨੂੰ ਲੱਗਿਆ ਮੈਂ ਇਹ ਪੁੱਛਣਾ ਚਾਹੁੰਦਾ ਸੀ ਜੋਬਨ ਨੂੰ ਕਿ ਬਈ ਮੈਂ ਕੁਝ ਇਹੋ ਜਿਹਾ ਕੰਮ ਕਰਾਂ ਕਿ ਬਈ ਇਫ ਜੋਬਨ ਇਜ਼ ਮਾਈ ਫਰੈਂਡ ਅਤੇ ਉਹ ਸਕ੍ਰਿਪਟ ਦੇ ਅੰਦਰ ਮੈਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ ਕੋਈ ਇਹੋ ਜਿਹਾ ਰੋਲ ਕਰਨਾ ਚਾਹੀਦਾ ਜਿਹਦਾ ਉਹਨੂੰ ਫਾਇਦਾ ਹੋਵੇ ਜਿਹਦੇ ਕਰਕੇ ਅਤੇ ਉਹ ਸਾਰਿਆਂ ਦਾ ਮੈਂ ਰੋਲ ਜਦੋਂ ਦੇਖੇ ਤਾਂ ਇਹ ਭੋਲੇ ਦਾ ਰੋਲ ਜਿਹੜਾ ਸੀ ਮੈਂ ਕਿਹਾ ਜੀ ਮੈਂ ਇਹ ਕਰ ਦੇਵਾਂਗਾ ਕਿਉਂਕਿ ਮੁੰਡਾ ਨਵਾਂ ਹੈ ਅਤੇ ਉਹਦੇ ਨਾਲ ਨਾਲ ਸਾਰੇ ਸੀਨ 'ਚ ਰਹਿ ਗਏ ਹੋ ਸਕਦਾ ਮੈਂ ਆਪਣਾ ਯੋਗਦਾਨ ਦੇ ਕੇ ਆਪਣੀ ਕੈਮਿਸਟਰੀ ਉਹਦੇ ਨਾਲ ਪੂਰੀ ਇਸਟੈਬਲਿਸ਼ ਕਰਕੇ ਕੈਰੇਕਟਰ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਲੈ ਕੇ ਜਾਵਾਂ ਜਦ ਵੀ ਪੰਜਾਬੀ ਫਿਲਮ ਆਉਂਦੀ ਹੈ ਨਾ ਵਿੱਚ ਸਪੋਰਟਿੰਗ ਕਰੈਕਟਰ ਇੱਕ ਐਸਾ ਹੁੰਦਾ ਹੈਗਾ ਕਿ ਜਿਹੜਾ ਪੂਰੀ ਫਿਲਮ ਦੀ ਜਾਨ ਹੁੰਦਾ ਹੈਗਾ ਅਤੇ ਲੱਗਦਾ ਇਸ ਫਿਲਮ ਦੀ ਜਾਨ ਤੁਸੀਂ ਹੋ ਇਹ ਤਾਂ ਜੀ ਬਹੁਤ ਹੀ ਉਹ ਗੱਲ ਹੋ ਜਾਏਗੀ ਕਹਿ ਨਹੀਂ ਮੈਂ ਤਾਂ ਨਹੀਂ ਕਹਿ ਸਕਦਾ ਕਿ ਮੈਂ ਖੁਦ ਹੀ ਮੈਂ ਹੀ ਜਾਨ ਹੈ ਆਪੇ ਹੀ ਆਪਣੀ ਤਰੀਫਾਂ ਕਰਦੇ ਹਾਂ ਪਰ ਇਹ ਹੈ ਜ਼ਰੂਰ ਕਿ ਸਕ੍ਰਿਪਟ ਦੇ ਅੰਦਰ ਜਿਹੜਾ ਮੈਂ ਕੈਰੈਕਟਰ ਪੜ੍ਹਿਆ ਸੀ ਇਹ ਡੈਫੀਨੇਟਲੀ ਬਹੁਤ ਹੀ ਪਿਵਟਲ ਰੋਲ ਸੀ ਹੁਣ ਪਤਾ ਨਹੀਂ ਸਕਰੀਨ ਦੇ ਉੱਤੇ ਪਿਵਟਲ ਰੋਲ ਬਣ ਕੇ ਆਏ ਕਿ ਨਹੀਂ ਆਏ ਇਹ ਮੈਨੂੰ ਪਤਾ ਨਹੀਂ ਉਹ ਤਾਂ ਫਿਰ ਆਡੀਅੰਸ ਹੀ ਡਿਸਾਈਡ ਕਰਦੀ ਚੁਣਿਆ ਤੁਹਾਡਾ ਜ਼ਿਹਨ 'ਚ ਵੀ ਇਹੀ ਸੀਗਾ ਕਿ ਮੈਂ ਆਪਣੇ ਜਿਹੜੇ ਉੱਪਰ ਟੈਗ ਲੱਗਿਆ ਗ੍ਰੇ ਸ਼ੇਡ ਦਾ ਉਹਨੂੰ ਕਿਤੇ ਨਾ ਕਿਤੇ ਹਟਾ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਮੈਂ ਮਲਟੀ ਟਾਸਕਿੰਗ ਅਤੇ ਮਲਟੀ ਟੈਲੈਂਟ ਨਾ ਮੈਂ ਹਰ ਤਰੀਕੇ ਦਾ ਕੰਮ ਕਰ ਸਕਦਾ ਸਿਰਫ ਉਹੀ ਮੇਰਾ ਉਹ ਤਾਂ ਮੇਰਾ ਹਮੇਸ਼ਾ ਹੀ ਰਿਹਾ ਐਵਰੀ ਟਾਈਮ ਐਵਰ ਸਿੰਸ ਆਈ ਸਟਾਰਟਡ ਵਰਕਿੰਗ ਇਨ ਮਾਈ ਕਰੀਅਰ ਐਵਰ ਸਿੰਸ ਆਈ ਸਟਾਰਟਡ ਡੂਇੰਗ ਆਈ ਆਲਵੇਜ਼ ਹੈਵ ਯੂ ਨੋ ਦੈਟ ਇਜ਼ ਬੀਨ ਮਾਈ ਏਮ ਫਰੋਮ ਦ ਵੈਰੀ ਬਿਗਨਿੰਗ ਕਿ ਮੈਂ ਹਮੇਸ਼ਾ ਕੁਝ ਨਾ ਕੁਝ ਨਵਾਂ ਕਰਨਾ ਚਾਹੀਦਾ ਮੈਨੂੰ ਨਵਾਂ ਲੈ ਕੇ ਆਵਾਂ ਅਤੇ ਉਹ ਤਾਂ ਹਰ ਕਿਸੇ ਐਕਟਰ ਦੀ ਉਹੀ ਹੁੰਦੀ ਪਹਿਲਾਂ ਟ੍ਰੇਲਰ ਦੇ ਵਿੱਚ ਇੱਕ ਸੀਨ ਸੀਗਾ ਕਿ ਉਹ ਜੋਬਨ 'ਤੇ ਤੁਸੀਂ ਭੱਜ ਰਹੇ ਹੋ ਤੁਹਾਡੇ ਮਗਰ ਕੁੱਤਾ ਪੈ ਜਾਂਦਾ ਹੈਗਾ ਇਹ ਕੀ ਕਹਾਣੀ ਹੋਊਗੀ ਕਿਉਂਕਿ ਜੇ ਕੁੜੀ ਭਜਾਉਣ ਦੀ ਗੱਲ ਹੋਊਗੀ ਜਾਂ ਰਿਸ਼ਤੇ ਦੀ ਗੱਲ ਹੋਊਗੀ ਮੈਨੂੰ ਲੱਗਦਾ ਤੁਸੀਂ ਸਿਰੇ ਚੜਾਓਗੇ ਪਰ ਇਹਨਾਂ ਕਿਉਂਕਿ ਤੁਹਾਨੂੰ ਥੀਏਟਰ 'ਚ ਜਾ ਕੇ ਦੇਖਣਾ ਪਊਗਾ ਕਿਉਂਕਿ ਸਾਨੂੰ ਪਤਾ ਆਰਟਿਸਟ ਹੈ ਬਿਲਕੁਲ ਉਹ ਤਾਂ ਦੇਖਣਾ ਹੀ ਪਏਗਾ ਥੀਏਟਰ 'ਚ ਪਰ ਉਹ ਸੀਕੁਐਂਸ ਮੈਂ ਇੰਨਾ ਕਹਿ ਸਕਦਾ ਤੁਹਾਨੂੰ ਬਹੁਤ ਹੀ ਮਜ਼ੇਦਾਰ ਸੀਕੁਐਂਸ ਹੈ ਉਹ ਜਿਹੜਾ ਕੁੱਤੇ ਵਾਲਾ ਮਨ ਲੱਗਦਾ ਕਿ ਤੁਸੀਂ ਪੂਰੀ ਫਿਲਮ ਦੇ ਵਿੱਚ ਕੁੱਤੇ ਵਾਲਾ ਸੀਨ ਡੈਫੀਨੇਟਲੀ ਪੂਰਾ ਇੰਜੋਏ ਕੀਤਾ ਬਹੁਤ ਹੀ ਜ਼ਿਆਦਾ ਸ਼ੂਟ ਕਰਨ ਵੇਲੇ ਵੀ ਅਸੀਂ ਹੱਸਦੇ ਨਹੀਂ ਰੁਕਦੇ ਸੀ ਅਤੇ ਜਦੋਂ ਤੁਸੀਂ ਦੇਖੋਗੇ ਤਾਂ ਵੀ ਤੁਹਾਨੂੰ ਬਹੁਤ ਇੰਜੋਏਬਲ ਲੱਗਣਾ
ਅੱਜ ਕੱਲ੍ਹ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ, ਜਦ ਵੀ ਫਿਲਮ ਆਉਂਦੀ ਹੈ ਪੀਰੀਅਡਿਕ ਫਿਲਮ ਆਉਂਦੀ ਹੈ, ਪੀਰੀਅਡ ਫਿਲਮ ਆਉਂਦੀ ਹੈ, ਬਟ ਇੱਕ ਨਾ ਜਦੋਂ ਵੀ ਫਿਲਮ ਆਉਂਦੀ ਹੈ ਉੱਥੇ ਪ੍ਰੈਸ਼ਰ ਜ਼ਰੂਰ ਹੁੰਦਾ ਕਿ ਮੇਰੀ ਪੀਰੀਅਡ ਫਿਲਮ ਦੂਸਰੀ ਪੀਰੀਅਡ ਫਿਲਮ ਤੋਂ ਕਿੱਦਾਂ ਅਲੱਗ ਹੋਵੇ ਅਤੇ ਕੀ ਐਲੀਮੈਂਟ ਉਹਦੇ ਵਿੱਚ ਪਾਇਆ ਜਾਵੇ। ਅਤੇ ਬਸ ਸਾਗ ਦੇ ਵਿੱਚ ਐਸਾ ਕਿਹੜਾ ਐਲੀਮੈਂਟ ਹੈਗਾ ਜਿਹੜਾ ਉਹਨੂੰ ਬਾਕੀਆਂ ਪੀਰੀਅਡ ਫਿਲਮ ਦੇ ਵਿੱਚੋਂ ਅਲੱਗ ਬਣਾ? ਅਸੀਂ ਦੇਖੋ ਜੀ, ਇਹਨੂੰ ਇੱਕ ਪੀਰੀਅਡ ਫਿਲਮ ਮੰਨ ਕੇ ਨਹੀਂ ਬਣਾਈ ਇਹ ਫਿਲਮ। ਪੀਰੀਅਡ ਫਿਲਮ ਇਹ ਹੈ, ਉਹ ਇੱਕ ਇਹਦਾ ਇਟਸ ਜਸਟ ਅ ਸਾਈਡ ਸ਼ੂਟ ਆਫ ਇਟ, ਇਟ ਹੈਪਨਸ ਟੂ ਬੀ ਅ ਪੀਰੀਅਡ ਫਿਲਮ। ਕਹਾਣੀ 1975 ਦੀ ਹੈ ਤਾਂ ਪੀਰੀਅਡ ਫਿਲਮ ਬਣ ਗਈ, ਪਰ ਇਹ ਆਪਾਂ ਕਦੇ ਸੋਚ ਕੇ ਨਹੀਂ ਫਿਲਮ ਬਣਾਈ ਕਿ ਨਹੀਂ ਆ ਪੀਰੀਅਡ ਫਿਲਮ ਹੀ ਬਣਾਉਣੀ, ਅਤੇ ਵੀ ਨੈਵਰ ਥੋਟ ਲਾਈਕ ਦੈਟ। ਬਟ ਇਟਸ ਅ ਯੂਨੀਕ ਸਟੋਰੀ, ਇਟਸ ਅ ਸਟੋਰੀ ਔਨ ਇਟਸ ਓਨ, ਇਹਦੀ ਆਪਣੀ ਇੱਕ ਥਾਂ ਹੈ, ਸਟੋਰੀ ਦਾ ਆਪਣਾ ਇੱਕ ਕਿਰਦਾਰ ਹੈ, ਅਤੇ ਉਹੀ ਮੈਨੂੰ ਲੱਗਦਾ ਬਾਕੀਆਂ ਤੋਂ ਅਲੱਗ ਕਰਕੇ। ਬੋਲੀਵੁੱਡ ਦੇ ਵਿੱਚ ਵੀ ਕੰਮ ਕੀਤਾ, ਪੰਜਾਬੀ ਇੰਡਸਟਰੀ ਦੇ ਵਿੱਚ ਵੀ ਤੁਸੀਂ ਛਾਪ ਛੱਡਵਾਂ ਕੰਮ ਕੀਤਾ ਹੋਇਆ, ਅਤੇ ਹੁਣ ਪੰਜਾਬੀ ਇੰਡਸਟਰੀ ਡੇ ਬਾਈ ਡੇ ਗਰੋ ਕਰ ਰਹੀ ਹੈਗੀ ਹੈ, ਕਿ ਤੁਸੀਂ ਇਸ ਤਰੀਕੇ ਨੂੰ ਕਿੱਦਾਂ ਦੇਖ ਰਹੇ ਹੋ? ਕਿਉਂਕਿ ਜਿਹੜੇ ਤਰੀਕੇ ਪੰਜਾਬੀ ਇੰਡਸਟਰੀ ਗਰੋ ਕਰਨ ਲਈ ਓਪਟ ਕਰਦੀ ਪਈ ਹੈਗੀ ਹੈ, ਕਿ ਜੇ ਗੱਲ ਕਰੀਏ ਸੀਕੁਐਂਸ ਫਿਲਮ ਆ ਰਹੀ ਹੈ, ਪੀਰੀਅਡ ਫਿਲਮਸ ਆ ਰਹੀ ਹੈ, ਐਂਡ ਟ੍ਰਾਈਕੁਅਲ ਆ ਰਿਹਾ ਫਿਲਮ ਦੇ, ਬਹੁਤ ਹੀ ਅੱਛੀ ਚੀਜ਼ ਹੈ, ਇਟਸ ਵੈਰੀ ਵੈਰੀ ਨਾਈਸ, ਐਂਡ ਇਟ ਮੇਕਸ ਮੀ ਐਕਸਟ੍ਰੀਮਲੀ ਹੈਪੀ ਟੂ ਨੋ ਦੈਟ ਦੈਟ ਪੰਜਾਬੀ ਫਿਲਮਸ ਆਰ ਗੋਇੰਗ ਇਨ ਦੈਟ ਡਾਇਰੈਕਸ਼ਨ। ਅਤੇ ਮੈਂ ਜਦੋਂ ਆਪਣੀ ਪਹਿਲੀ ਪੰਜਾਬੀ ਫਿਲਮ ਕੀਤੀ ਸੀ, ਆਈ ਥਿੰਕ 2012-2013, ਉਹ ਫਿਲਮ ਜਿਹੜੀ ਸੀ ਬੁਰਰਾ, ਉਹ ਕਰਦੇ ਵੇਲੇ ਮੈਨੂੰ ਲੱਗ ਗਿਆ ਸੀ ਕਿ ਯਾਰ ਹੁਣ, ਬਿਕੋਜ਼ ਇਟ ਵਾਜ਼ ਅ ਵੈਰੀ ਸਮਾਲ ਬਜਟ ਫਿਲਮ, ਅਤੇ ਉਹਦੇ ਸਾਰੇ ਯੰਗ ਐਕਟਰ ਸੀਗੇ, ਮੈਂ ਵੀ ਨਵਾਂ ਸੀ, ਮੇਰਾ ਪਹਿਲੀ ਫਿਲਮ ਸੀ ਪੰਜਾਬੀ ਦੀ, ਪਰ ਉਹ ਫਿਲਮ ਕਰਨ ਵੇਲੇ ਮੈਨੂੰ ਪਤਾ ਲੱਗਿਆ ਸੀ ਕਿ ਉਹ ਟਾਈਮ ਹੁਣ ਆਉਣ ਲੱਗਿਆ, ਕਿ ਪੰਜਾਬੀ ਸਿਨੇਮਾ 'ਚ ਵੀ ਹਰ ਫਿਲਮ ਇੰਡਸਟਰੀ 'ਚ ਇੱਕ ਉਹ ਟਾਈਮ ਆਉਂਦਾ ਜਦੋਂ ਸ਼ਿਫਟ ਹੁੰਦੀ ਹੈ ਪੂਰੀ। ਜਿਵੇਂ ਇਫ ਯੂ ਰਿਮੈਂਬਰ ਇਨ ਬਾਲੀਵੁੱਡ, ਇਟ ਹੈਪਨ ਵਿਦ ਅ ਫਿਲਮ ਕਾਲ ਸੱਤਿਆ। ਸੱਤਿਆ ਤੋਂ ਪਹਿਲੇ ਸਾਰੀ ਉਹ ਕਮਰਸ਼ਲ ਫਾਰਮੂਲਾ ਫਿਲਮਾਂ ਆਉਂਦੀ ਰਹੀਆਂ, ਫਿਰ ਸੱਤਿਆ ਹੀ ਉਹਨੇ ਇੱਕਦਮ ਟ੍ਰੈਂਡ ਚੇਂਜ ਕਰਤਾ ਰੀਅਲਿਸਟਿਕ ਟੂਵਰਡਸ ਬੀਂਗ ਮੋਰ ਰੀਅਲਿਸਟਿਕ, ਮੋਰ ਬਿਲੀਵੇਬਲ। ਅਤੇ ਇਟਸ ਅ ਵੈਰੀ ਵੈਰੀ ਆਈ ਲਵ ਇਟ ਵੈਨ ਆਈ ਸੀ ਦੈਟ, ਬਿਕੋਜ਼ ਜਿਹੜੀ ਪੰਜਾਬ ਦੀ ਧਰਤੀ ਹੈ, ਇੱਥੇ ਟੈਲੈਂਟ ਬਹੁਤ ਹੈ, ਲੋਟ ਆਫ ਮਨੀ, ਲੋਟ ਆਫ ਪੀਪਲ ਵਾਂਟ ਟੂ ਮੇਕ ਫਿਲਮਸ, ਐਂਡ ਇਫ ਦ ਰਾਈਟ ਕਾਇੰਡ ਆਫ ਕ੍ਰੀਏਟਿਵਿਟੀ ਐਂਡ ਕੰਟੈਂਟ ਕਮਸ, ਮੈਂ ਰੀਅਲੀ ਜਸਟ ਗੋ ਫੁੱਲ ਔਨ। ਕਰਦੇ ਹਾਂ ਕਿ 6 ਸਪਟੈਂਬਰ ਨੂੰ ਅਸੀਂ ਜਿਹੜਾ ਤੁਹਾਡਾ ਵੱਖਰਾ ਅਵਤਾਰ ਹੈ ਉਹ ਦੇਖੀਏ, ਨਾਲ ਅਸੀਂ ਵੈਰੀ ਐਕਸਾਈਟਿਡ ਹੈਗੇ ਹਾਂ ਰਾਹੁਲ ਦੇਵ ਨੂੰ ਵੀ ਦੁਬਾਰਾ ਆਏ ਅਪਰੋਕਸੀਮੇਟਲੀ 7 ਸਾਲਾਂ ਬਾਅਦ ਦੇਖਣ ਲਈ ਇੰਡਸਟਰੀ ਦੇ ਵਿੱਚ। ਬੰਬ ਜਿਗਰਾ ਲੈ ਕੇ ਉਹ ਆ ਰਹੇ ਹੈ ਅਤੇ ਦੇਵ ਬ੍ਰਦਰਸ ਪੂਰੇ ਇੰਡਸਟਰੀ ਦੇ ਵਿੱਚ ਹੁਣ ਛਾਣ ਵਾਲੇ ਨੇ। ਵੈਲ ਅਗੇਨ ਇਹ ਕਹਿਣਾ ਤਾਂ ਬਹੁਤ ਮੈਗਲੋਮੇਨੀਆਕ ਹੋ ਜਾਏਗਾ, ਪਰ ਮੋਸਟ ਡੈਫੀਨੇਟਲੀ ਇਹੀ ਮੈਂ ਆਈ ਵੁੱਡ ਵਾਂਟ ਕਿ ਦੇਵ ਬ੍ਰਦਰਸ ਹੋਰ, ਯੂ ਨੋ, ਦੇ ਸ਼ੁੱਡ ਡੂ ਗੁੱਡ ਵਰਕ, ਸਪੈਸ਼ਲੀ ਮਾਈ ਐਲਡਰ ਬ੍ਰਦਰ, ਐਂਡ ਆਈ ਵੁੱਡ ਆਲਵੇਜ਼ ਵਾਂਟ ਹਿਮ ਟੂ ਬੀ ਫਾ ਫਾ ਮੋ ਰਿਸਪੈਕਟਫੁਲ ਐਂਡ ਸਕਸੈਸਫੁਲ ਦੈਨ ਵਾਟ ਆਈ ਐਮ, ਐਂਡ ਹੀ ਡਿਜ਼ਰਵਸ ਇਟ, ਹੀ ਇਜ਼ ਐਨ ਆਈਕੋਨ, ਅਤੇ ਹੀ ਇਜ਼ ਹਿਸ ਫੋਟੋਗ੍ਰਾਫਸ ਇਨ ਬੀ ਹੈਜ਼ ਬੀਨ ਇਨ ਦ ਰੂਮਸ ਆਫ ਸੋ ਮੈਨੀ ਯੰਗਸਟਰਸ ਆਲ ਦੇ ਲਾਈਫ ਇੰਕਲੂਡਿੰਗ ਮੀ, ਸੋ ਯਾ, ਕਹਿ ਸਕਦੇ ਤੁਸੀਂ ਆਪਣੇ ਬ੍ਰਦਰ ਨੂੰ ਹੀ ਆਪਣਾ ਆਈਡਲ ਮੰਨ? ਐਬਸੋਲੂਟਲੀ, ਹੀ ਇਜ਼ ਮਾਈ ਫਸਟ ਆਈਡਲ ਐਂਡ ਸਟਿਲ ਰਿਮੇਨਸ ਬੀ ਮਾਈ ਆਈਡਲ। ਯਾ, ਅਸੀਂ ਉਮੀਦ ਕਰਦੇ ਹਾਂ ਕਿ 6 ਤਰੀਕ ਨੂੰ ਸਾਖ ਦੇ ਵਿੱਚ ਤੁਹਾਡਾ ਜਿਹੜਾ ਵੱਖਰਾ ਅੰਦਾਜ਼ ਹੈਗਾ ਮੈਨੂੰ ਤਾਂ ਅਟਰੈਕਟ ਕਰ ਹੀ ਰਿਹਾ ਹੈਗਾ, ਕਿਉਂਕਿ ਮੈਂ ਟ੍ਰੇਲਰ ਦੇਖ ਚੁੱਕੀ ਹਾਂ। ਜਿਨ੍ਹਾਂ ਨੇ ਅਜੇ ਟ੍ਰੇਲਰ ਨਹੀਂ ਦੇਖਿਆ ਉਹਨਾਂ ਨਾਲ ਟ੍ਰੇਲਰ ਤੋਂ ਅੰਦਾਜ਼ਾ ਲੱਗ ਜੂਗਾ ਕਿ ਫਿਲਮ ਬਾਕਮਾਲ ਜਾਊਗੀ ਅਤੇ ਤੁਹਾਡੇ ਫਿਊਚਰ ਨੂੰ ਅਲੱਗ ਦਿਸ਼ਾ ਵੀ ਦਊਗੀ ਔਰ ਤੁਹਾਨੂੰ ਕਾਮੇਡੀ ਦੇ ਵਿੱਚ ਦੁਬਾਰਾ ਉਤਰਨ ਦਾ ਮੌਕਾ ਮਿਲੇਗਾ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ। ਥੈਂਕ ਯੂ ਸੋ ਮਚ ਮੈਮ, ਦੇ ਸੋ ਸਵੀਟ ਵਰਡਸ ਦੈਟ ਯੂ ਜਸਟ ਸਪੋਕ, ਅਤੇ ਮੈਂ ਵੀ ਇਹੀ ਚਾਹੁੰਦਾ ਕਿ ਸਮਥਿੰਗ ਲਾਈਕ ਦੈਟ ਮਸਟ ਹੈਪਨ। ਅਤੇ ਇਹ ਸੀਗੀ ਸਾਡੇ ਨਾਲ ਖਾਸ ਮੁਲਾਕਾਤ ਅਤੇ ਦੇਵ ਸਾਹਿਬ ਦੀ, ਜਿਹੜੇ ਦੇਵ ਬ੍ਰਦਰ ਪੂਰੇ ਰੌਕ ਕਰਨ ਵਾਲੇ ਨੇ, ਮੁਕੁਲ ਦੇਵ ਅਤੇ ਰਾਹੁਲ ਦੇਵ। ਅਤੇ ਅੱਜ ਵੀ ਇਹਨਾਂ ਹੀ ਜਲਦੀ ਹਾਜ਼ਰ ਹੋਵਾਂਗੇ ਨਵੀਂ ਅਪਡੇਟਸ ਨਾਲ। ਗਾਇਨ ਮਹਾਜਨ ਤੋਂ ਵਿਦਾ, ਤੁਸੀਂ ਬਣ ਰਹੇ ਦੇਸੀ ਚੈਨਲ ਦੇ ਨਾਲ।